ਉੱਥੇ ਹਾਂਜੀ ਉੱਥੇ ਮਾਂ ਪਿਓ ਭੈਣ ਭਾਈ ਇੱਕ ਹੋਰ ਪਰਿਵਾਰ ਸੀ ਇਹ ਉੱਥੇ ਵੱਢ ਦਿੱਤੇ ਜੀ ਸਾਡੇ ਸਾਹਮਣੇ ਚਾਰ ਤੁਹਾਡੇ ਆਪਣੇ ਜੀ ਤੁਹਾਡੇ ਹਾਂ ਚਾਰ ਨਹੀਂ ਤੁਸੀਂ ਸਾਹਮਣੇ ਵਹਿੰਦੇ ਸਾਂ ਮੈਂ ਖੜੇ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਘੁੰਮ ਗਏ ਕਰਾਂ ਦੇ ਬਾਰਨੀ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ ਇੱਕ ਵਾਰਨੀ ਕਪਾਹ 'ਚ ਬੈਠੇ ਸੀਗੇ ਉੱਥੋਂ ਸਾਨੂੰ ਕੱਢਿਆ ਜੋ ਪੈਸਾ ਤੇਰਾ ਦੀ ਬੋਲਿਆ ਉੱਥੇ ਲੈ ਗਏ ਉੱਥੇ ਵੜਨਾ ਸੀ ਕਿੱਥੇ ਲੈ ਗਏ ਪਿੰਡ ਆਪਣੇ ਖੂਹ ਦੇ ਉੱਤੇ ਪਿੰਡ ਦੇ ਖੂਹ 'ਤੇ ਹਾਂ ਪੈਰਾਂ ਦੀਆਂ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ ਲਿਆਂਦੀ ਵੀ ਕੁਛ ਹੈ ਉੱਧਰੋਂ ਪਿੰਡ ਨਾਲ ਕੇ ਕੋਈ ਬਲ ਕੇ ਜਦੋਂ ਕੁਛ ਵੱਢ ਗਏ ਤਾਂ ਫਿਰ ਲਿਆਉਣਾ ਕੀ ਘਰ ਦੇ ਕੱਪੜੇ ਹੁੰਦੇ ਮੇਰੇ ਪਾਟੇ ਪੁਰਾਣੇ ਆਪਣਾ ਬੇੜੀ ਖੜੀ ਆ ਹਾਂਜੀ ਉੱਥੇ ਪੱਤੇ ਪੱਤੇ ਖਾਧੇ ਨਾਲ ਹੀ ਖੜੀ ਇਹ ਧੂੜਾਂ ਦੀ ਕਲਗੀ ਨੂੰ ਮੱਥੇ ਤੇ ਲਾ ਕੇ ਲਾ ਦੇਵਾਂ ਸਿਰ ਵਾਲਾ ਪਾਰਨੀ ਉਦੋਂ ਮੇਰੀ ਤਬੀਅਤ ਖਰਾਬ ਹੋ ਗਈ ਸੀਗੀ ਆਹ ਵੋਟਾਂ ਪੈਂਦੀਆਂ ਸੀ ਅੱਜ ਫੌਜ ਦੀਆਂ ਗੱਡੀਆਂ ਇੱਥੇ ਤਿੰਨ ਚਾਰ ਆ ਕੇ ਖੜ ਗਈਆਂ ਗੜਬੜੀ ਜੀ ਸੀਗੀ ਮੇਰੇ ਖਿਆਲ ਆ ਗਿਆ ਪਿਛਲਾ ਵੀ ਪੈ ਕੇ ਇੱਦਾਂ ਸਾਡੇ ਨਾਲ ਹੋਈ ਸੀ ਫਟਾਫਟ ਗੜੀ ਦੇ ਗੋਲੀ ਖੜਤੀ ਸੀ ਆ ਜਿਵੇਂ ਹੁਣ ਖੜਨ ਦੀ ਪਈ ਆ ਪਿਛਲਾ ਦਿਨ ਉੱਡ ਕੇ ਹੀ ਆ ਜੋ ਇੱਕ ਵਾਰ ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਮੈਂ ਨਸਰ ਢਿੱਲੋਂ ਪੰਜਾਬੀ ਲਹਿਰ ਦੀ ਟੀਮ ਪੰਜਾਬ ਦੇ ਵੱਖ ਵੱਖ ਥਾਵਾਂ 'ਤੇ ਜਾ ਕੇ ਉਹਨਾਂ ਬਜ਼ੁਰਗਾਂ ਦੇ ਨਾਲ ਜਿਨ੍ਹਾਂ 1947 ਦੀ ਵੰਡ ਪਾਰਟੀਸ਼ਨ ਜਿਹਨੂੰ ਇਹ ਲੋਕ ਉਜਾੜੇ ਵੀ ਆਉਂਦੇ ਆ ਉਹਨਾਂ ਦਾਸਤਾਨਾਂ ਨੂੰ ਤੁਹਾਡੇ ਤੱਕ ਰੱਖੀਦਾ ਅਤੇ ਪਾਕਿਸਤਾਨ ਮੁਲਕ ਪਾਕਿਸਤਾਨ ਕਿਵੇਂ ਵਜੂਦ 'ਚ ਆਇਆ ਇਹਨਾਂ ਬਜ਼ੁਰਗਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਆਪਣਾ ਸਾਰਾ ਕੁਛ ਛੱਡਿਆ ਆਪਣੇ ਘਰਾਂ ਦੇ ਘਰ ਜਿਹੜੇ ਉਹ ਸ਼ਹੀਦ ਹੋ ਗਏ ਬਿਲਕੁਲ ਸੌਣ ਵਾਸਤੇ ਕੀ ਕਹਿੰਦੇ ਹੁੰਦੇ ਬਜ਼ੁਰਗ ਦੱਸਦੇ ਵੀ ਮੰਜੀ ਵੀ ਇੱਕ ਬਿਸਤਰਾ ਵੀ ਮੁਯੱਸਰ ਨਹੀਂ ਸੀ ਸਾਰਾ ਕੁਛ ਛੱਡ ਛਡਾ ਕੇ ਇੱਧਰ ਆ ਗਏ ਅਤੇ ਅੱਜ ਤੱਕ 70-71 ਵਰ੍ਹੇ ਹੋ ਗਏ ਦੋਵਾਂ ਪਾਸੇ ਬਹਾਮ ਪਾਇਆ ਜਾਂਦਾ ਇੱਕ ਗਲਤ ਕਿ ਸੋਚ ਹੈ ਕਿ ਉੱਧਰ ਲਿਆਉਂਦੇ ਉਹਨਾਂ ਨੇ ਜ਼ਿਆਦਾ ਕੀਤੀ ਇੱਧਰ ਲਿਆਉਂਦੇ ਉਹਨਾਂ ਨੇ ਜ਼ਿਆਦਾ ਕੀਤੀ ਹਾਲਾਂਕਿ ਜਿੰਨੀਆਂ ਵੀ ਅਸੀਂ ਅੱਜ ਤੱਕ 250-300 ਬਜ਼ੁਰਗਾਂ ਨੂੰ ਮਿਲ ਚੁੱਕੇ ਹਾਂ ਸਾਰਿਆਂ ਦੇ ਕੋਲੋਂ ਇਹੀ ਸੁਣਿਆ ਵੀ ਪਹਿਲਾਂ ਬੜਾ ਵਧੀਆ ਸੀ ਸਾਂਝ ਸੀ ਫਿਰ ਇੱਕੋ ਵਾਰੀ ਕੀ ਹੋ ਗਿਆ ਉਹ ਗੱਲਾਂ ਵੀ ਉਹ ਜਾਣਨ ਦੀ ਵੀ ਕੋਸ਼ਿਸ਼ ਕਰੀਦੀ ਆ ਵੀ ਇਹ ਹਾਲਾਤ ਕਿਉਂ ਖਰਾਬ ਹੋਏ ਕੀ ਵਜ੍ਹਾ ਬਣੀ ਕਤਲੋ ਕਰਤ ਕਿਉਂ ਹੋਈ ਇਹਦੇ ਪਿੱਛੇ ਕੀ ਮੁਹਰਕਾ ਸਨ ਉਹ ਜਾਣਨ ਦੀ ਵੀ ਕੋਸ਼ਿਸ਼ ਕਰੀਦੀ ਆ ਇਸ ਤਰ੍ਹਾਂ ਦਾ ਇੱਕ ਹੋਰ ਪ੍ਰੋਗਰਾਮ ਇੱਕ ਹੋਰ ਕਿਸ ਲੈ ਕੇ ਪੰਜਾਬੀ ਲਹਿਰ ਦੀ ਟੀਮ ਅਤੇ ਪੰਜਾਬ TV ਦਾ ਪ੍ਰੋਗਰਾਮ ਲਕੀਰਾਂ ਜਿਹੜਾ ਤੁਹਾਡੇ ਤੱਕ ਰੱਖੀ ਦਾ ਲੈ ਕੇ ਅੱਜ ਹਾਜ਼ਰ ਹੋਏ ਹਾਂ ਅਤੇ ਗੱਲ ਕਰਾਂਗੇ ਇਹਨਾਂ ਬਜ਼ੁਰਗਾਂ ਦੇ ਨਾਲ ਅਤੇ ਪੁੱਛਾਂਗੇ ਇਹਨਾਂ ਕੋ ਇਹਨਾਂ ਦੀ ਆਪ ਬੀਤੀ ਇਹਨਾਂ ਦੀ ਆਪ ਬੀਤੀ ਇਹਨਾਂ ਦੀ ਹੱਡ ਬੀਤੀ ਇਹਨਾਂ ਨਾਲ ਕੀ ਵਾਪਰਿਆ ਇਹਨਾਂ ਨਾਲ ਕੀ ਹੋਇਆ ਇਹ ਕਿਵੇਂ ਇੱਥੋਂ ਤੱਕ ਪਹੁੰਚੇ ਇਹ ਸਾਰੀ ਗੱਲਬਾਤ ਇਹਨਾਂ ਨਾਲ ਸਾਂਝੀ ਕਰਾਂਗੇ ਅਤੇ ਇਹਨਾਂ ਕੋਲ ਪੁੱਛਾਂਗੇ ਇਹਨਾਂ ਦੀ ਜ਼ੁਬਾਨੀ ਅਸਲਾਮ ਅਲੈਕੁਮ ਵਾਲੇਕੁਮ ਅਬਦੁਲ ਕੋ ਪਹਿਲਾਂ ਤਾਂ ਆਪਣਾ ਨਾਂ ਦੱਸ ਦਿਓ ਨਾਂ ਕੀ ਤੁਹਾਡਾ ਖੁਸ਼ੀ ਮੁਹੰਮਦ ਖੁਸ਼ੀ ਮੁਹੰਮਦ ਅਤੇ ਅੱਬਾ ਜੀ ਦਾ ਬਦਰਦੀਨ ਬਦਰਦੀਨ ਦਾਦਾ ਜੀ ਦਾ ਵੀ ਯਾਦ ਹੈ ਦਾਦਾ ਜੀ ਦਾ ਨਹੀਂ ਯਾਦ ਹੈ ਅੱਛਾ ਅਤੇ ਕਿੰਨੀ ਕੁ ਉਮਰ ਕਿੰਨੀ ਕੁ ਹੋ ਗਈ ਤੁਹਾਡੀ ਹੁਣ ਮੇਰੀ ਉਮਰ ਹੁਣ ਹੋ ਗਈ ਹੈ ਜੀ ਐਸ ਵਾਸ
ਤਰਾਸੀ ਕੁ ਸਾਲ ਦੀ ਉਮਰ ਹੈ। ਤਰਾਸੀ ਕੁ ਦੀ ਹੋ ਗਈ? ਤਰਾਸੀ ਚੁਰਾਸੀ ਸਾਲ ਦੀ ਉਮਰ। ਕੋਈ 12-13 ਸਾਲਾਂ 14 ਸਾਲਾਂ ਦਾ? 13 ਸਾਲਾਂ ਜਦੋਂ ਉਜਾੜੇ ਪਏ। ਉਜਾੜੇ ਪਏ ਤੁਰ ਕੇ ਅਸੀਂ ਆਏ ਹਾਂ ਜੀ। ਠੀਕ ਠੀਕ। ਅਤੇ ਕਿਹੜਾ ਸੀ ਪਿੱਛੇ ਆਪਣਾ ਪਿੰਡ? ਪਿੰਡ ਚਹਿਲਾਂ। ਚਹਿਲਾਂ ਤਹਿਸੀਲ ਨਾਲ ਬੋਲਾ ਆਪਣਾ ਅਮਲੋਹ ਨਾਲ ਲੱਗਦਾ ਜੀ ਥੋੜ੍ਹੇ ਦੂਰ। ਅੱਛਾ। ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਹੈਗਾ ਸੀ ਨਾਭਾ। ਨਾਭਾ ਨਾਭਾ ਠੀਕ। ਜ਼ਿਲ੍ਹਾ ਨਹੀਂ ਸੀ, ਰਿਆਸਤ ਸੀ। ਰਿਆਸਤ ਨਾਭਾ, ਰਿਆਸਤ ਨਾਭਾ ਸੀ। ਪਟਿਆਲਾ ਸੀ, ਉਹ ਵੀ ਰਿਆਸਤ ਸੀਗੀ। ਅੱਛਾ। ਇਹ ਅਮਲੋਹ ਜਿਹੜਾ ਹੈ ਆਪਣਾ ਪਿੰਡ, ਅਮਲੋਹ ਇਹ ਪੈਂਦਾ ਵੀ ਦੋਵਾਂ ਰਿਆਸਤਾਂ ਦੇ ਕੋਲ ਕੋਲ ਹੀ ਆ? ਕਿਤੇ ਵਿਚਕਾਰ ਜਾਈਏ ਅਗਲੀ ਰਿਆਸਤ ਵਿੱਚ ਬਦਲ ਜਾਂਦੀ ਹੈ ਕੋਲ ਹੀ ਸੀ। ਅਮਲੋਹ ਅਤੇ ਜਿਹੜੇ ਸਾਰੇ ਪਿੰਡ ਉਹਦੇ ਬਾਰਡਰ ਏਰੀਏ ਸਮਝੋ ਚਹਿਲਾਂ। ਇਹ ਕਿਹੜਾ ਸੀ ਚਹਿਲਾਂ ਦੇ ਆਲੇ ਦੁਆਲੇ ਕੋਈ ਯਾਦ ਹੈ ਕਿਹੜੇ ਸਨ ਪਿੰਡ? ਪਿੰਡ ਦੱਸੋ ਹਾਂ। ਇੱਕ ਤਾਂ ਸੀਗਾ ਛੱਡਾਰਾਂ ਦਾ ਪਿੰਡ ਸੀ, ਉਹਨੂੰ ਲੱਖੇ ਵਾਲਾ ਕਹਿੰਦੇ। ਲੱਖੇ ਵਾਲਾ ਅਤੇ ਇੱਕ ਸੀਗਾ ਸਿੱਖਾਂ ਦਾ ਪਿੰਡ, ਉਹਨੂੰ ਕਹਿੰਦੇ ਸੀਗੇ ਤਖਾਣ ਮਾਜਰਾ। ਤਖਾਣ ਮਾਜਰਾ ਬਸ ਇੱਦਾਂ ਦੇ ਨਾਂ ਸੀ ਪਿੰਡਾਂ ਦੇ। ਠੀਕ। ਅਤੇ ਆਪਣਾ ਜਿਹੜਾ ਪਿੰਡ ਚਹਿਲਾ ਸੀ, ਇਹਦੇ 'ਚ ਕਿੰਨੀ ਹੋਣੀ ਆਬਾਦੀ ਮੁਸਲਮਾਨਾਂ ਦੀ? ਇਹ ਸਾਰਾ ਹੀ ਪਿੰਡ ਮੁਸਲਮਾਨਾਂ ਦੀ। ਦੇਸ਼ ਜਿਹੜਾ ਸਿੱਖ ਰਹਿੰਦਾ ਸੀ ਨਾ, ਉਹ ਅੰਨਾ ਹੋ ਜਾਂਦਾ ਸੀ। ਮੇਲਾ ਦੇਖਣ ਆਉਂਦੇ ਹੁੰਦੇ, ਸਤੀ ਦਾ ਮੇਲਾ ਲੱਗਦਾ ਸੀ। ਇੱਕ ਰਾਤ ਕੱਟਣ ਦੀ ਆਰਡਰ ਸੀਗਾ ਸਿੱਖ, ਦੂਜੀ ਰਾਤ ਉਹਨੂੰ ਅੰਨਾ ਹੋ ਜਾਂਦਾ ਸੀ। ਸਾਡੇ ਕੋਈ ਸਿੱਖ ਨਹੀਂ ਸੀ ਪਿੰਡ 'ਚ ਰਹਿੰਦਾ, ਸਿਰਫ ਹਿੰਦੂਆਂ ਦੇ ਘਰ ਸੀਗੇ। ਉਹ ਕਿਹੜਾ? ਬਾਹਮਣਾਂ ਦੇ, ਖੱਤਰੀਆਂ ਦੇ, ਕੋਈ 5-7 ਘਰ ਸੀਗੇ, ਇਹੀ ਘਰ ਸੀਗੇ, ਹੋਰ ਸਾਡੇ ਮੁਸਲਮਾਨ। ਉਹਨਾਂ ਦੇ ਨਾਂ ਯਾਦ ਹੈ ਜਿਹੜੇ ਬਾਹਮਣਾਂ ਦੇ? ਨਾ ਹੁਣ ਮੇਰੇ। ਉਹ ਦੁਕਾਨ ਬਣਾਈ ਹੋਵੇ ਕੋ? ਉਹ ਦੁਕਾਨਾਂ ਉਹਨਾਂ ਦੀਆਂ ਸ਼ਹਿਰ 'ਚ ਸੀਗੀਆਂ, ਅਮਲੋਹ 'ਚ। ਅਮਲੋਹ ਵਿੱਚ? ਅੱਛਾ, ਠੀਕ ਠੀਕ। ਅਤੇ ਕਿਹੜੀ ਸੀ ਬਰਾਦਰੀ ਆਪਣੇ ਪਿੰਡ 'ਚ, ਬਹੁਤੀ ਬਰਾਦਰੀ ਕਿਹੜੀ ਬੈਠੀ? ਬਸ ਇਹੀ ਬਰਾਦਰੀ ਸੀਗੀ ਰਜਪੂਤਾਂ ਦੀ। ਰਜਪੂਤਾਂ ਦੀ, ਚੌਹਾਨਾਂ ਦੀ, ਰਜਪੂਤ ਚੌਹਾਨ। 2-4 ਘਰ ਉਹ ਸੀਗੇ, ਬਾਕੀ ਦੂਸਰੇ ਹੈਗੇ ਸੀਗੇ ਰਜਪੂਤਾਂ ਦੇ, ਖੇਤੀ ਇਹ ਕਰਦੇ ਹੁੰਦੇ ਸੀ ਰਜਪੂਤਾਂ ਦੀ ਖੇਤੀ। ਕਿਹੜਾ ਸੀ ਪਿੰਡ ਦਾ ਨੰਬਰਦਾਰ? ਨੰਬਰਦਾਰ ਦਾ ਵੀ ਨਾਂ ਨਹੀਂ ਯਾਦ। ਨਹੀਂ ਯਾਦ। ਅਤੇ ਤੁਹਾਡੀ ਬਰਾਦਰੀ ਕਿੰਨੀ ਸੀ ਉੱਥੇ? ਅਸੀਂ 2-3 ਘਰ, 3 ਘਰ ਸੀ। 3 ਘਰ? ਅਤੇ ਤੁਹਾਡੇ 3 ਘਰ ਜਿਹੜੇ ਉਹ ਇੱਧਰ ਕਿੱਥੇ ਆਏ ਆ, ਤੂੰ ਹੈ ਪਤਾ? ਇੱਕ ਤਾਂ ਘਰ ਜਾਣੀ ਕਿ ਬਿਲਕੁਲ ਹੀ ਖਤਮ ਹੋ ਗਿਆ ਸੀਗਾ। ਖਤਮ ਮਤਲਬ ਕਿ ਮਰ ਗਏ ਸੀਗੇ? ਅੱਛਾ, ਰਾਹ 'ਚ। ਇੱਕ ਘਰ ਆਇਆ ਇੱਧਰ, ਉਹਨਾਂ ਦੇ ਇੱਥੇ ਬੱਚੇ ਹੈਗੇ ਇੱਥੇ ਫੈਸਲਾਬਾਦ ਵੱਡੇ। ਹਾਂ, ਮਰ ਗਏ। ਠੀਕ ਹੈ ਠੀਕ। ਉਹ ਫੈਸਲਾਬਾਦ 'ਚ ਬੈਠੇ? ਠੀਕ। ਅੱਛਾ, ਦੂਜੇ ਜਿਹੜੇ ਰਜਪੂਤਾਂ ਦੇ ਸੀ ਉਹਨਾਂ ਨਾਲ ਵੀ ਕਿਤੇ ਹੋਇਆ ਬਾਅਦ 'ਚ ਪਤਾ ਲੱਗਾ ਵੀ ਕਿੱਥੇ ਕਿੱਥੇ ਬੈਠੇ ਵਾ? ਇਹ ਪਹਿਲਾਂ ਨਾ ਬੈਠੇ ਸੀ ਇੱਥੇ ਜੀ, ਆ ਕੀ ਕਹਿੰਦੇ ਆ, ਆ ਸੱਬੜ ਜਿੱਥੇ ਆ ਨਹੀਂ ਰਹਿੰਦੀ ਹੈਗੀ, ਇਹਦੀ ਜਗ੍ਹਾ ਜ਼ਮੀਨ ਹੈ, ਆ ਕੀ ਉਹਦਾ ਨਾਂ ਹੈ, ਰੇਂਜਲੇ ਹੋ ਗਿਆ, ਗਿਣਤ ਨਹੀਂ ਹੈਗਾ। ਮੈਂਬਰ ਵੀ ਬਣਦੀ ਆ ਉਹ ਆਪਦਾ ਆਪਦਾ ਝੰਗ ਚ, ਝੰਗ ਦੇ ਵਿੱਚ ਬੈਠੇ। ਆਹੋ, ਉੱਥੇ ਆਪਣਾ ਨਾ ਪਿੰਡ ਸੀਗਾ ਇੱਕ, ਉੱਥੇ ਸਾਨੂੰ ਵੀ ਜ਼ਮੀਨ ਮਿਲੀ ਸੀ, ਅਸੀਂ ਛੱਡ ਕੇ ਆ ਗਏ ਸੀ। ਝੰਗ 'ਚ ਬੈਠੇ ਤੁਹਾਡੇ ਪਿੰਡ ਚਹਿਲਾਂ ਵਾਲੇ ਸਾਰੇ? ਝੰਗ ਝੰਗ 'ਚ ਨਹੀਂ ਹੈਗੇ ਹੁਣ, ਕੋਈ ਕਿਤੇ ਬੈਠਾ, ਕੋਈ ਕਿਤੇ ਖਿਲਰ ਖਿਲਰ ਕੇ ਬਹਿ ਗਿਆ। ਠੀਕ 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 ਠੀਕ। ਆਪਣੇ ਹੁਣ ਪਿੰਡ ਆਪਣਾ ਜਿਹੜਾ ਚਹਿਲਾ ਸੀ, ਇਹ ਆਬਾਦੀ ਦੇ ਲਿਹਾਜ਼ ਨਾਲ ਉਦੋਂ ਕਿੱਡਾ ਸੀ? ਕੋਈ 300 ਘਰ, 400-500? 300-400 ਘਰ ਹੈਗਾ। ਮਸਜਿਦਾਂ ਕਿੰਨੀਆਂ? ਮਸਜਿਦਾਂ ਕਿੰਨੀਆਂ? ਇੱਕ ਮਸਜਿਦ ਸੀ। ਇੱਕ ਮਸਜਿਦ? ਅਤੇ ਕੌਣ ਸੀ ਉੱਥੇ ਇਮਾਮ? ਮਸਜਿਦ ਇਮਾਮ ਨਾ। ਮੇਲਾ ਕਿੱਥੇ ਲੱਗਦਾ ਪਿੰਡ? ਮੇਲਾ ਲੱਗਦਾ ਸੀਗਾ ਜੀ ਆਪਣਾ, ਸਤੀ ਦਾ ਮੇਲਾ ਕਹਿੰਦੇ ਸੀਗੇ। ਸਤੀ ਦਾ ਇੱਥੇ ਆਉਂਦੇ ਹੁੰਦੇ ਤੇ ਸਾਲ ਮਗਰੋਂ ਇੱਥੇ, ਜਾਣੀ ਕਿ ਉਹ ਜਿਹੜੇ ਨਵੇਂ ਨਵੇਂ ਸ਼ਾਦੀਆਂ ਹੁੰਦੀਆਂ ਤੀਆਂ, ਗੇੜੇ ਗੂੜੇ ਦੇ ਕੇ ਨਾ ਸਤੀ ਦੇ ਆਲੇ ਦੁਆਲੇ ਦਾਣੇ ਦੂਣੇ ਸੁੱਟ ਕੇ ਇਸ ਤਰ੍ਹਾਂ ਚਲੇ ਜਾਂਦੇ ਸੀਗੇ। ਉਹ ਹੇਠਾਂ ਬਾਹਮਣ ਬੂਮਣ ਬੈਠੇ ਹੁੰਦੇ ਸੀ, ਆਰਾਮ ਨੂੰ ਕਰਦੇ ਤੇ ਉੱਥੇ ਰੁਪਈਆ ਕਿਸੇ ਪੌੜੀ ਪੈਸਾ ਸੁੱਟ ਦੇਣਾ ਅਤੇ ਉੱਥੇ ਜਾ ਕੇ ਪਤਾ ਨਹੀਂ ਕੀ ਕਰਦੇ ਸੀ ਉਹ। ਸਾਡੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ, ਅਸੀਂ ਉਹ ਕੁਜੀ ਕਜੀ ਜੋ ਉਹਨਾਂ ਦੀ ਚੱਕ ਕੇ ਭੱਜ ਜਾਂਦੇ ਹੁੰਦੇ ਸੀਗੇ। ਜੋ ਪਾਇਆ ਹੁੰਦਾ
ਕੀ ਹੁੰਦਾ ਕੁਜੀ ਤੇ ਕਿਸੇ ਤੋਂ ਦਵਾਨੀ ਨਿਕਲ ਆਉਣੀ ਕਿਸੇ ਦਾ ਰੁਪਈਆ ਨਿਕਲਦਾ ਸੀ ਨਹੀਂ ਬਾਕੀ ਕੁਛ ਨਹੀਂ ਅੱਛਾ ਵੱਡੇ ਪੈਸੇ ਘੱਟ ਹੀ ਹੁੰਦੇ ਹਾਂ ਠੀਕ ਅੱਛਾ ਇਹ ਦੱਸੋ ਵੀ ਜਿਹੜੇ ਦੱਸਿਆ ਨਾਂ ਤੁਸੀਂ ਲਾਗੇ ਲਾਗੇ ਪਿੰਡਾਂ ਦੇ ਇਹਨਾਂ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਆਪ ਹੀ ਦੱਸਿਆ ਦੋ ਸਰਦਾਰਾਂ ਦੇ ਸੀ ਤੁਹਾਡੇ ਪਿੰਡ ਦੇ ਵਿੱਚ ਵੀ ਹਿੰਦੂਆਂ ਦੇ ਘਰ ਸੀ ਪਹਿਲਾਂ ਦਾ ਕਿਵੇਂ ਦਾ ਸੀ ਵਸੇਬ ਰਹਿਣ ਸਹਿਣ ਆਪਸ ਦੇ ਵਿੱਚ ਕਿਵੇਂ ਦਾ ਸੀ ਕਿਹਦਾ ਇਹਨਾਂ ਦਾ ਜਿਹੜੇ ਹਿੰਦੂ ਸਨ ਜਾਂ ਮੁਸਲਮਾਨਾਂ ਦਾ ਕੋਈ ਪਹਿਲਾਂ ਲੜਾਈ ਝਗੜਾ ਤਾਂ ਨਹੀਂ ਨਾ 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 ਬਿਲਕੁਲ ਠੀਕ ਠਾਕ ਕੋਈ ਨਹੀਂ ਲੜਦਾ ਚੱਲਦੇ ਉਹ ਤਾਂ ਬਾਹਮਣ ਖੱਤਰੀ ਦਾ ਉਂਝ ਹੀ ਡਰਦੇ ਉਹਦੇ ਮੁਸਲਮਾਨ ਇਸ ਤਰ੍ਹਾਂ ਦੀ ਕੋਈ ਨਹੀਂ ਸੀ ਚੱਕਰ ਨਾ ਲੜਾਈ ਝਗੜੇ ਵਾਲਾ ਠੀਕ ਜਦੋਂ ਇਹ ਸਾਲ ਪਿੱਛੋਂ ਆਉਂਦੇ ਨਾ ਮੇਲਾ ਸ਼ਕਤੀ ਦਾ ਦੇਖਣ ਵਾਸਤੇ ਸਾਡੇ ਘਰਾਂ 'ਤੇ ਸੌਂਦੇ ਹੁੰਦੇ ਸੀ ਆ ਕੇ ਅੱਛਾ ਉੱਠ ਕੇ ਸੁਬਾਹ ਨੂੰ ਨਾ 4 ਵਜੇ ਤੁਰਨੇ ਸ਼ੁਰੂ ਹੋ ਜਾਂਦੇ ਸੀ ਜਿਹੜਾ ਰਹਿ ਜਾਂਦਾ ਸੀ ਨਾ ਸਿੱਖ ਰਾਤ ਦਾ ਉਹ ਅੰਨਾ ਹੋ ਜਾਂਦਾ ਸੀ ਸਿੱਖ ਦੀ ਆਰਡਰ ਨਹੀਂ ਸੀ ਸਾਡੇ ਪਿੰਡ 'ਚ ਲੈਣ ਦਾ ਉਹ ਬਜ਼ੁਰਗਾਂ ਦਾ ਸੀ ਕੋਈ ਹਾਂ ਅੱਲਾ ਜਾਣੇ ਅੱਛਾ ਵੀ ਇਹ ਦੱਸੋ ਸਟੋਰੀ ਥੋੜ੍ਹੀ ਜਿਹੀ ਦੱਸ ਦਿਓ ਵੀ ਇਹ ਇਹਦੇ ਵਿੱਚ ਜਦੋਂ ਪਏ ਉਜਾੜੇ ਉਦੋਂ ਕਿੰਨੇ ਕੁ ਦਿਨ ਪਹਿਲਾਂ ਪਤਾ ਲੱਗਾ ਵੀ ਹੁਣ ਸਾਨੂੰ ਜਾਣਾ ਪੈਣਾ ਛੱਡਣਾ ਪੈਣਾ ਸਾਨੂੰ ਕੋਈ ਪਤਾ ਨਹੀਂ ਲੱਗਿਆ ਕਹਿੰਦੇ ਤੇ ਜੀ ਇਹ ਜਿਹੜੇ ਨਾ ਰਿਆਸਤਾਂ ਇਹ ਨਹੀਂ ਉੱਠਣੀਆਂ ਜਿਹੜੇ ਅੰਗਰੇਜ਼ੀ ਪਿੰਡ ਨੇ ਨਾ ਉਹਦੀਆਂ ਅੱਗਾਂ ਅਸੀਂ ਲੱਗੀਆਂ ਦੇਖਦੇ ਹੁੰਦੇ ਤੇ ਪਿੰਡਾਂ 'ਚ ਬੈਠੇ ਮਗਰੋਂ ਇਹਨਾਂ ਨੂੰ ਵੀ ਲੱਗ ਗਏ ਅੱਛਾ ਪਹਿਲਾਂ ਇਹ ਸੀ ਵੀ ਰਿਆਸਤ ਜਿਵੇਂ ਪਟਿਆਲਾ ਨਾਭਾ ਅੰਗਰੇਜ਼ੀ ਸੀਗੀਆਂ ਦੂਸਰੀਆਂ ਜਿੱਥੇ ਅੱਗਾਂ ਲਾਉਂਦੇ ਸੀ ਅੰਗਰੇਜ਼ ਦੇ ਅੰਦਰ ਸੀ ਜਿਹੜੀਆਂ ਦੂਜੀਆਂ ਰਿਆਸਤਾਂ ਵੀ ਪਹਿਲਾਂ ਇਹ ਸੀ ਵੀ ਇਹਨਾਂ ਨਹੀਂ ਉੱਠਣਾ ਅਸੀਂ ਨਹੀਂ ਉੱਠਣਾ ਹੈ ਉਹ ਬਸ ਜਦ ਹੁੰਦੀ ਆ ਗੱਲਬਾਤ ਦੀ ਕਿਸਮਤ ਮਾੜੀ ਅਸੀਂ ਉੱਠ ਗਏ ਉੱਠ ਕੇ ਚਲੇ ਗਏ ਨਾਲ ਦੇ ਪਿੰਡ ਪਿੰਡ ਕਿਹੜੇ ਪਿੰਡ ਗਏ ਆਪਣਾ ਹੈਗਾ ਸੀ ਮਛਰਿਆ ਉੱਥੇ ਚਲੇ ਗਏ ਉਹਨੂੰ ਕਿਹਾ ਤੁਸੀਂ ਤਾਂ ਪਾਗਲ ਹੋ ਕਹਿੰਦਾ ਆਪਣੇ ਘਰ ਛੱਡ ਕੇ ਆ ਗਏ ਉਹ ਅਸੀਂ ਕਿਹਾ ਤੁਰ ਪਓ ਨਹੀਂ ਉਹ ਸੁਬਾਹ ਨੂੰ 4 ਵਜੇ ਅਗਰ ਕਿਤੇ ਨਾ ਉਦੋਂ ਤੁਰ ਪਾਉਂਦੇ ਨਾ ਫਿਰ ਅਸੀਂ ਪਹੁੰਚੇ ਪਹੁੰਚ ਜਾਣਾ ਸੀ ਆਰਾਮ ਨਾਲ ਬਸ ਉਹ ਹੌਲੀ 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 ਉੱਥੇ ਉਹਨਾਂ ਨੇ ਰਸਤੇ ਰੋਕ ਤੇ ਆਡੇ ਆਡੇ ਮੋਟੇ ਸੁੰਡ ਪੁਲ ਦੇ ਵਿੱਚ ਸੁੰਡ ਦਿੱਤੇ ਨਹਿਰ ਦੇ ਲਓ ਜੀ ਆਪਣਾ ਜਿਸ ਵਾਸ ਫੌਜ ਆਈ ਆ ਅਤੇ ਗੋਲੀ ਚੱਲੀ ਆ ਇੱਕ ਊਠ ਮਾਰ ਗਿਆ ਊਠ ਨੇ ਦੁਨੀਆ ਮਾਰ ਮਾਰ ਲੱਤਾਂ 'ਤੇ ਬਹੁਤ ਛੁੱਟੀ ਫਿਰ ਲੰਘਿਆ ਕੋਈ ਨਹੀਂ ਹੈਗਾ ਜੀ ਜਾਣੀ ਜੋ ਕਿਸੇ ਕੋਲ ਪੈਸਾ ਧੇਲਾ ਸੀ ਉਹ ਨਹਿਰ ਹੀ ਭਰੀ ਗਿਆ ਪੈਸਿਆਂ ਦੁੱਪੜਾ 2 ਰੁਪਈਆ ਚੱਲਦਾ ਉਹਦਾ ਚਾਂਦੀ ਦਾ ਉਦੋਂ ਉਹ ਪੈਸਿਆਂ ਦੀ ਨਹਿਰ ਹੀ ਭਰੀ ਹੈ ਉਹ ਵਿੱਚ ਛੁੱਟੀ ਗਿਆ ਕੀ ਬੰਡਾ ਪਾਂਡਾ ਤੇਰੇ ਕੋਲ ਪਾਂਡਾ ਤੂੰ ਛੁੱਟਦੀ ਮੇਰੇ ਕੋਲ ਪਾਂਡਾ ਮੈਂ ਛੁੱਟਦੀ ਜੋ ਕੁਛ ਹੈਗਾ ਸੀ ਨਹੀਂ ਕਿਉਂ ਛੁੱਟੀ ਕਿਉਂ ਗਏ ਉਸ ਸਾਡੇ ਕਿਹੜਾ ਨਾਲ ਆਉਣੀਆਂ ਸੀਗੀਆਂ ਜਾਇਆ ਹੀ ਜਾਂ ਸਾਨੂੰ ਮਾਰ ਦਿੰਦੇ ਉੱਥੇ ਗੋਲੀਆਂ ਵੀ ਚੱਲਦੀਆਂ ਸੀ ਅਸੀਂ ਮਾਰ ਜਾਂਦੇ ਅਸੀਂ ਤਾਂ ਪਿੱਛੇ ਨੂੰ ਮੁੜ ਗਏ ਸੀ ਫਿਰ ਅਸੀਂ ਮੁੜਿਆ ਸਾਡਾ ਨਾ ਇੱਕ ਸੀਗਾ ਪਿੰਡ ਉੱਥੇ 2 ਭੈਣਾਂ ਵਿਆਹੀਆਂ ਹੋਈਆਂ ਸੀਗੀਆਂ ਭਾਈ ਇੱਕ ਵਿਆਹ ਉੱਥੇ ਸਾਨੂੰ ਕਪਾਹ 'ਚ ਬੈਠੇ ਸੀਗੇ ਉੱਥੋਂ ਸਾਨੂੰ ਕੱਢਿਆ ਜੋ ਪੈਸਾ ਧੇਲਾ ਦੀ ਬੋਲਿਆ ਉੱਥੇ ਲੈ ਗਏ ਉੱਥੇ ਵੱਢਣਾ ਸ਼ੁਰੂ ਕਰਤਾ ਕਿੱਥੇ ਲੈ ਗਏ ਪਿੰਡ ਦੇ ਆਪਣੇ ਖੂਹ ਦੇ ਉੱਤੇ ਪਿੰਡ ਦੇ ਖੂਹ 'ਤੇ ਹਾਂ ਅੱਛਾ ਉੱਥੇ ਨਾ ਝੱਲ ਪਿੰਡ ਸੀਗਾ ਉਹਦਾ ਨਾਂ ਝੱਲ ਸੀਗਾ ਉੱਥੇ ਵੱਢਣਾ ਸ਼ੁਰੂ ਕਰਤਾ ਇੱਕ ਸਿੱਖ ਸੀਗਾ ਉਹ ਕਹਿੰਦਾ ਵੀ ਬੱਚੇ ਇਹਨਾਂ ਤੋਂ ਮਾਰੋ ਮੇਰੇ ਇਲਾਜ ਨਹੀਂ ਹੈਗੇ ਮਾਰਿਆ ਜਾ ਰਹੀ 2 ਭਾਈ ਸੀ ਨਹੀਂ ਇਹ ਦੱਸੋ ਵੀ ਉਹ ਜਿਹੜੇ ਮਾਰਨ ਵਾਲੇ ਸੀ ਉਹ ਪਿੰਡ ਕੀ ਨਾਮ ਦੱਸਿਆ ਝੱਲ ਪਿੰਡ ਸੀ ਝੱਲ ਪਿੰਡ ਸੀ ਉੱਥੇ ਮਾਰਿਆ ਉੱਥੋਂ ਦੇ ਸੀ ਉਹ ਬੰਦੇ ਨਾ ਨਾ ਉਹ ਖਬਰਾਂ ਕਿੱਥੋਂ ਦੇ ਆਏ ਸੀ ਲੁੱਟਦੇ ਸੀ ਫਿਰਦੇ ਸੀ ਕੋਈ ਪਤਾ ਨਹੀਂ ਕਿਹੜਾ ਉਹਨਾਂ ਦਾ ਪਿੰਡ ਸੀ ਕਿਹੜਾ ਇਹ ਸਾਨੂੰ ਇਹ ਲੈ ਗਿਆ ਸੀ ਸਾਡੇ ਨਹੀਂ ਤੁਹਾਡੇ ਮਾਂ ਭਾਈ ਆਪਣਾ ਭੈਣ ਉੱਥੇ ਸਾਡੇ ਸਾਹਮਣੇ ਸਾਰੇ ਇੱਕ ਰਾਈਆਂ ਦਾ ਪਿੰਡ ਸੀਗਾ ਉਹ ਵੀ ਉੱਥੇ ਹੀ ਵੱਡਿਆ ਨਹੀਂ ਤੁਹਾਡੇ ਕਿੰਨੇ ਸੀ ਭੈਣ ਭਰਾ ਤੁਸੀਂ ਕਿੰਨੇ ਉੱਥੇ ਹਾਂਜੀ ਉੱਥੇ ਮਾਂ ਪਿਓ ਭੈਣ ਭਾਈ ਇੱਕ ਹੋਰ ਸੀ ਇਹ ਉੱਥੇ ਵੱਢ ਦਿੱਤੇ ਜੀ ਸਾਡੇ ਸਾਹਮਣੇ 4 ਤੁਹਾਡੇ ਆਪਣੇ ਜੀ ਤੁਹਾਡੇ ਹਾਂ 4 ਨਹੀਂ ਤੁਸੀਂ ਸਾਹਮਣੇ ਵਹਿੰਦੇ ਸਾਂ ਐਂ ਖੜੇ ਸੀ ਉਦੋਂ ਹੋਸ਼ ਵੀ ਨਹੀਂ ਸਮਝ ਵੀ ਨਹੀਂ ਇੰਨੀ ਹੋਣੀ ਸਾਹਮਣੇ ਅੱਖਾਂ ਦੇ ਬਸ ਉਹਨੂੰ ਹੋਸ਼ ਹੁਣ ਦੱਸਿਆ ਤਾਂ ਹੈਗਾ ਵੀ ਇੰਨੀ ਕਿਸੇ ਕੀ ਸੋਚੀ
ਇਹ ਸਾਨੂੰ ਘਰ ਨੂੰ ਲੈ ਗਿਆ। ਕੌਣ ਲੈ ਕੇ ਗਿਆ ਸੀ ਘਰ ਨੂੰ? ਸਿੱਖ। ਉਹਦਾ ਨਾਂ ਦਾ ਕੋਈ ਪਤਾ? ਨਾਂ ਦਾ ਕੋਈ ਪਤਾ ਨਾਂ। ਕਿਹੜੇ ਪਿੰਡ ਲੈ ਗਿਆ? ਪਿੰਡ ਦਾ ਵੀ ਨਹੀਂ ਪਤਾ ਹੈਗਾ। ਉੱਥੇ ਲੈ ਗਿਆ, ਅਸੀਂ ਰੋਂਦੇ ਰੋਂਦੇ ਰਹੇ। ਉਹ ਕਹਿੰਦੀ ਘਰ ਵਾਲੀ ਕਹਿੰਦੀ ਉਹਨਾਂ ਨੂੰ ਛੱਡਿਆ, ਰਾਤ ਦੇਣੀ ਹੁਣ ਸਾਨੂੰ ਆਪਣੇ ਘਰ ਰੱਬ ਦੇ ਦੂਗਾ। ਨਹੀਂ ਉਹ ਉਹ ਵੇਲਾ ਦੱਸੋ ਵੀ ਜਦੋਂ ਤੁਹਾਡੇ ਮਾਂ ਪਿਓ ਨੂੰ ਜੋ ਤੁਹਾਡੇ ਅੱਖਾਂ ਦੇ ਸਾਹਮਣੇ ਵੱਢਿਆ, ਕਤਲ ਕਰ ਦਿੱਤਾ, ਉਹ ਇੱਕ ਮਾੜੀ ਜਿਹੀ ਸੱਟ ਨਹੀਂ ਬਰਦਾਸ਼ਤ ਹੁੰਦੀ, ਕਿਵੇਂ ਬਰਦਾਸ਼ਤ ਕੀਤਾ? ਕਿਵੇਂ ਤੁਸੀਂ? ਅਸੀਂ ਅੱਲਾ ਹੀ ਬਰਦਾਸ਼ਤ ਕਰਨ ਵਾਲਾ ਜੀ, ਅਸੀਂ ਕਿਹੜੇ ਸਾਨੂੰ ਕਿਹੜਾ ਐਡਾ ਖਿਆਲ ਸੀਗਾ। ਪਰ ਸਾਨੂੰ ਇਹ ਲੈ ਗਿਆ, ਅਸੀਂ ਰੋਂਦੇ ਵੜਦੇ ਰਹੇ। ਉਹ ਕਹਿੰਦੀ ਛੱਡ ਕੇ ਆ, ਉਹ ਸਾਨੂੰ ਮਲੇਰਕੋਟਲੇ ਦੀ ਹੱਦ ਉੱਤੇ ਖੜਾ ਕਰਕੇ ਛੱਡ ਗਿਆ। ਨਹੀਂ ਉਹਨੇ ਤਾਂ ਕਿੰਨੀ ਦੇਰ ਘਰ ਰੱਖਿਆ ਤੁਹਾਨੂੰ? ਚਾਰ ਦਿਨ। ਚਾਰ ਦਿਨ? ਚਾਰ ਦਿਨ। ਕਿਹੜਾ ਪਿੰਡ ਦਾ ਪਤਾ ਕਿਹੜਾ ਸੀ? ਪਿੰਡ ਦਾ ਨਹੀਂ ਪਤਾ ਹੈ। ਪਿੰਡ ਦਾ ਵੀ ਨਹੀਂ ਪਤਾ? ਨਹੀਂ। ਝੱਲ ਸੀ ਜਾਂ ਕਿ ਜਿੱਥੇ ਵੱਢਣ ਡਏ ਸੀ ਉਹ ਤਾਂ ਝੱਲ ਹੀ ਸੀ ਨਾ? ਆਹੋ ਉਹ ਝੱਲ ਸੀਗਾ। ਠੀਕ। ਇਹ ਪਤਾ ਨਹੀਂ ਪਿੰਡ ਦਾ ਚੌਂਬਾ ਕਹਿੰਦੇ ਹੁੰਦੇ ਸੀ, ਕੀ ਕਹਿੰਦੇ ਹੁੰਦੇ ਸੀ, ਕੋਈ ਪਤਾ ਨਹੀਂ ਹੈਗਾ। ਅੱਛਾ, ਚਾਰ ਦਿਨ ਉਹਨੇ ਤੁਹਾਨੂੰ ਉਹਨਾਂ ਨੇ ਤੁਹਾਨੂੰ ਰੱਖਿਆ ਘਰ? ਹਾਂ, ਬਸ ਅਸੀਂ ਰੋਂਦੇ ਬੈਠਦੇ। ਉਹ ਕਹਿੰਦੀ ਛੱਡਿਆ ਜਾ ਕੇ ਬੱਚਿਆਂ ਨੂੰ, ਦੇਣਾ ਹੋਊ ਸਾਨੂੰ ਰੱਬ ਨੇ ਘਰ ਦਿਓ। ਪਹਿਲਾਂ ਉਹਨੇ ਆਖਿਆ ਵੀ ਚੱਲ ਮੇਰੇ ਬੱਚੇ ਨਹੀਂ ਹੈਗੇ, ਮੈਂ ਰੱਖ ਲਏ। ਹਾਂ, ਉਹਨੇ ਇਹ ਕਹਿ ਕੇ ਸਾਨੂੰ ਨਾਲ ਲੈ ਗਿਆ, ਤਾਂ ਸਾਡੀ ਜਾਨ ਬਚੀ ਸੀ, ਅਤੇ ਸਾਨੂੰ ਵੀ ਬਣ ਦੇਣਾ ਸੀ। ਅੱਛਾ, ਚਾਰ ਦਿਨ ਰੱਖ ਕੇ ਮੁੜ ਕੇ ਕਿੱਥੇ ਛੱਡ ਗਿਆ? ਮਲੇਰਕੋਟਲੇ ਦੀ ਹੱਦ ਉੱਤੇ। ਮਲੇਰਕੋਟਲੇ ਛੱਡਿਆ? ਠੀਕ ਹੈ। ਉੱਥੋਂ ਫਿਰ ਕਹਿੰਦਾ ਲੱਭੀ ਤੁਹਾਡਾ ਮਲੇਰਕੋਟਲਾ ਆ ਗਿਆ, ਕਹਿੰਦਾ ਚਲੇ ਜਾਓ ਬਾਟੇ। ਇੱਕ ਬੱਲਾਂ ਗੁੱਟਦਾ ਸੀਗਾ, ਪਤਾ ਨਹੀਂ ਕੌਣ ਸੀਗਾ, ਉਹ ਕਮੋਰ ਸੀ, ਇੱਕ ਰਾਈ ਸੀਗਾ। ਉਹ ਕਹਿੰਦਾ ਕਿੱਥੋਂ ਇੱਦਾਂ ਦਾ ਦੱਸੀ ਕਹਾਣੀ? ਕਹਿੰਦਾ ਆ ਬੱਟ ਨਾ ਛੱਡਿਓ, ਕਹਿੰਦਾ ਬੱਟ ਛੱਡੋਗੇ ਨਾ, ਇੱਧਰ ਨੂੰ ਧਿਆਨ ਮਾਰ ਲਿਓ, ਬੱਟ ਮੁੜ ਪਿਓ ਸਾਹਮਣੇ, ਕਹਿੰਦਾ ਤੁਹਾਨੂੰ ਕਰਮਟਾ ਜਾਂਦੇ। ਬਸ ਉੱਥੇ ਚਲੇ ਗਏ। ਉੱਥੇ ਭਾਈ ਆਇਆ ਸੀ, ਭਰਜਾਈ ਆਈ ਸੀ, ਉਹਦਾ ਬੱਚੇ ਆਏ ਸੀ ਆਪਣੇ ਭਾਈ ਦੇ, ਜਿਹੜਾ ਸਾਡੇ ਘਰ ਨਾਲ ਮਾਰਿਆ ਗਿਆ। ਅਤੇ ਉੱਥੇ ਬਸ ਦੱਸਿਆ, ਰੋਣਾ ਪਿੱਟਣਾ ਪੈ ਗਿਆ। ਬਸ ਆ ਵਾਕਿਆ ਸਾਡੇ ਨਾਲ ਹੋਇਆ। ਫਿਰ ਅਸੀਂ ਉੱਥੋਂ ਤੁਰ ਕੇ ਪਾਕਿਸਤਾਨ ਪਹੁੰਚੇ। ਕਿੱਧਰ ਕਿੱਧਰ ਦੀ ਆਏ ਇਹ ਨਹੀਂ ਪਤਾ ਹੁਣ, ਕਿੱਧਰ ਰਾਹ 'ਚ ਹਮਲਾ ਹਮਲਾ ਤਾਂ ਨਹੀਂ ਹੋਇਆ? ਹਮਲਾ ਨਹੀਂ ਹੋਇਆ, ਨਾਲ ਇੱਕ ਗੋਰਖੇ ਜੇ ਨਾਲ ਸਾਡੇ ਚੱਲੇ ਉਹਦੇ, ਅੱਠਾਂ ਦਿਨਾਂ 'ਚ ਕਿ ਨੌਵਾਂ ਦਿਨਾਂ 'ਚ ਅਸੀਂ ਆਪਣੇ ਇੱਥੇ ਲਾਹੌਰ ਪਹੁੰਚੇ ਸੀ। ਲਾਹੌਰ ਪਹੁੰਚੇ, ਪੁਲ ਦੇ ਉੱਤੇ ਆ ਗਏ। ਫਿਰ ਉੱਥੋਂ ਲਾਹੌਰੋਂ ਕਿੱਧਰ ਨੂੰ ਗਏ? ਲਾਹੌਰੋਂ ਜੀ ਕੋਈ ਕਹਿੰਦਾ ਵੀ ਆਪਣੇ ਇੱਥੇ ਨੂੰ ਫੈਸਲਾਬਾਦ ਚਲੀਏ, ਸਰਗੋਧੇ ਚਲੀਏ, ਉੱਧਰ ਚਲੀਏ, ਉੱਧਰ ਚਲੀਏ। ਬਸ ਇੱਦਾਂ, ਪਤਾ ਨਹੀਂ ਕਿੱਧਰ ਕਿੱਧਰ ਗਏ, ਕਿੱਧਰ ਕਿੱਧਰ ਨਹੀਂ ਗਏ। ਖੱਜਲ ਖੁਆਰ ਹੋਏ? ਖੱਜਲ ਖਰਾਬ ਹੋਏ। ਅਸੀਂ ਤਾਂ ਬੜੇ ਥਾਈ ਫਿਰੇ ਹਾਂ ਜੀ, ਕਦੇ ਕਿਤੇ ਚਲੇ ਗਏ 10 ਰੁਪਈਏ ਕਮਾਏ, ਕਦੇ ਕਿਸੇ ਚਲੇ ਰਹੇ ਹਾਂ 10 ਰੁਪਈਏ। ਅਖੀਰ ਇੱਥੇ ਕਿਹਦੇ ਕੋਲ ਰਹੇ? 10-12 ਸਾਲ ਉਮਰ ਸੀ, ਰਹੇ ਫਿਰ ਆਪਣੇ ਆਪਣੇ ਉੱਦਾਂ ਹੀ ਡੇਰੇ ਹੁੰਦੇ ਸੀ, ਕੱਪੜਾ ਪਛਾਉਣਾ ਤਾਂ ਪੈ ਜਾਣਾ, ਜਿੱਥੇ ਵੀ ਚਲੇ ਗਏ, ਕਿਹੜੇ ਮਰਜ਼ੀ ਸ਼ਹਿਰ ਚਲੇ ਗਏ। ਲਿਆਂਦੀ ਵੀ ਕੁਛ ਹੈ ਉੱਧਰੋਂ ਪਿੰਡ ਨਾਲ ਕੇ ਕੁਛ, ਬਲਕਿ ਜਦੋਂ ਗਏ ਤਾਂ ਫਿਰ ਲਿਆਉਣਾ ਕੀ? ਘਰ ਦੇ ਕੱਪੜੇ ਸੀਗੇ ਜਿਹੜੇ ਸੀਗੇ, ਪਾਟੇ ਪੁਰਾਣੇ ਹੈਗੇ। ਇੱਥੇ ਆ ਕੇ ਕਿਵੇਂ ਕੰਮ ਸਟਾਰਟ ਕੀਤਾ? ਇੱਥੇ ਜਿਹੜਾ ਵੀ ਕੰਮ ਲੱਭ ਗਿਆ ਉਹ ਕਰ ਲਿਆ। ਆਪਣਾ 5-7 ਦਿਨ ਕਰਿਆ, ਇੱਥੋਂ ਵੀ ਤੁਰ ਪਏ, ਹੋਰ ਪਾਸੇ ਚਲੇ ਗਏ, ਬੜੇ ਸ਼ਹਿਰਾਂ 'ਚ ਫਿਰੇ ਅਸੀਂ, ਅਖੀਰ ਆ ਫੈਸਲਾਬਾਦ ਟਿਕਿਆ। ਅਤੇ ਆਪਣੇ ਬਾਲਾਂ ਨੂੰ ਫਿਰ ਆਪਣੇ ਗਾਂਹ ਦੱਸਿਆ ਵੀ ਆ ਵੀ ਕਿਵੇਂ ਕਿਵੇਂ ਆਇਆ ਇੱਥੇ, ਕਿੰਨੀਆਂ ਮੁਸ਼ਕਲਾਂ ਵੇਖੀਆਂ ਆਪਣੇ ਬਾਲਾਂ ਨੂੰ? ਬਾਲਾਂ ਨੂੰ ਕੀ ਦੱਸਣਾ ਸੀਗਾ, ਇੱਧਰ ਹੀ ਸ਼ਾਦੀ ਹੋਈ ਸੀ ਵੀ ਸੌਖਾ ਪਾਕਿਸਤਾਨ ਸੌਖਾ ਬਣ ਗਿਆ। ਉਹ ਆਉਂਦੇ ਨਾ 14 ਅਗਸਤ 'ਤੇ ਕੱਢ ਲੈਂਦੇ ਮੋਟਰਸਾਈਕਲ ਦੇ ਸਲੰਸਰ ਅਤੇ ਭਜਾਉਣ ਡਿਆ ਪੈਂਦੇ ਨਿਆਣੇ, ਅਤੇ ਇਹ ਜਿਨ੍ਹਾਂ ਨੇ ਵੇਖਿਆ ਤਾਂ ਉਹਨਾਂ ਨੂੰ ਪੁੱਛ ਕੇ ਵੇਖੋ ਨਾ ਵੀ ਕਿਵੇਂ ਬਣਿਆ। ਬਸ ਜੀ ਇਹਦਾ ਰੱਬ ਜਾਣਦਾ ਜੀ ਕੀ ਹੋਇਆ ਕੀ ਨਹੀਂ ਹੋਇਆ, ਕਿੰਨੇ ਜ਼ੁਲਮ ਥੋੜ੍ਹਾ ਜ਼ੁਲਮ ਹੋਏ ਆ ਬੜੇ ਬੜੇ। ਅੱਛਾ ਆਉਂਦਾ ਵਾ ਕਦੀ ਪਿਆ ਉਹ ਅੱਖਾਂ ਦੇ ਸਾਹਮਣੇ ਜਦੋਂ ਹੋਇਆ ਸਾਰਾ ਕੁਛ, ਉਹ ਵਾਕਿਆ ਕਦੀ ਜ਼ਿਹਨ 'ਚ ਆ ਜਾਂਦਾ? ਕਿਸੇ ਵਾਰ ਭੁੱਲਣ ਵਾਲੀ ਗੱਲ ਤਾਂ ਜੀ ਭੁੱਲਣ ਵਾਲੀ ਗੱਲ। ਆਉਂਦੇ ਨਾ 15 ਅਗਸਤ 'ਤੇ ਤਬੀਅਤ ਖਰਾਬ ਹੋ ਜਾਂਦੀ, 14-15 ਅਗਸਤ 'ਤੇ ਚੇਤਾ ਆ ਜਾਂਦਾ ਪਿਛਲਾ? ਨਹੀਂ ਉੱਦਾਂ ਹੀ ਬਸ, ਉਦੋਂ ਮੇਰੀ ਤਬੀਅਤ ਖਰਾਬ ਹੋ ਗਈ ਸੀਗੀ। ਆਹ ਵੋਟਾਂ ਪੈਂਦੀਆਂ ਸੀਗੀਆਂ, ਅੱਜ ਫੌਜ ਦੀਆਂ ਗੱਡੀਆਂ ਇੱਥੇ 3-4 ਆ ਕੇ ਖੜ੍ਹ ਗਈਆਂ,
ਜੋ ਗੜਬੜੀ ਜੀ ਸੀਗੀ ਮੇਰੇ ਖਿਆਲ ਆ ਗਿਆ ਪਿਛਲਾ ਵੀ ਪੈ ਚੋ ਇੱਦਾਂ ਸਾਡੇ ਨਾਲ ਹੋਈ ਸੀ ਉੱਥੇ ਫਟਾਫਟ ਜਿਹੜੀ ਕਿ ਗੋਲੀ ਖੜਕੀ ਸੀ ਆ ਕੇ ਜਿਵੇਂ ਆਪ ਹੁਣ ਖੜਕਦੀ ਪਈ ਆ ਇਸੇ ਤਰ੍ਹਾਂ ਗੋਲੀ ਖੜਕੀ ਉਹ ਪਿਛਲਾ ਦਿਨ 'ਚ ਆ ਜੇਲ੍ਹ 'ਚ ਆ ਗਿਆ ਅੱਛਾ ਹੁਣ 70-71 ਸਾਲ ਤਾਂ ਹੋ ਗਏ ਆ ਇਹਨਾਂ ਗੱਲਾਂ ਨੂੰ ਹੁਣ ਅੱਜ ਤੱਕ ਵੀ ਉਹ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਬੜਾ ਵਧੀਆ ਸੀ ਸਾਰੇ ਇਕੱਠੇ ਰਹਿੰਦੇ ਸੀ ਹਾਂਜੀ ਅੱਛਾ ਇਹਦੇ ਵਿੱਚ ਹੋਇਆ ਕਿ ਲੋਕਾਂ ਨੂੰ ਕੋਈ ਲਾਲਚ ਆ ਗਿਆ ਜਾਂ ਕਿ ਮਜ਼ਹਬੀ ਕੋਈ ਗੱਲ ਫੈਲ ਗਈ ਵੀ ਇੱਕ ਦੂਜੇ ਦੇ ਖਿਲਾਫ਼ ਹੋ ਗਏ ਕੀ ਵਜ੍ਹਾ ਬਣੀ ਕਿ ਉਹ ਦੇ ਸਕਦੇ ਗੱਲ ਕੋਈ ਮਾੜੀ ਚੰਗੀ ਭਾਈ ਜਿੱਥੇ ਉਹਨੂੰ ਨਾ ਕੋਈ ਚਲਿਆ ਗਿਆ ਉੱਥੇ ਰਹਿ ਗਿਆ ਜਿੱਥੇ ਉਹਨੂੰ ਨਾ ਗਿਆ ਅੱਜ ਅਸੀਂ ਆਪਣੇ ਹੁਣ ਬਾਬਾ ਚਿਰ ਹੋ ਗਿਆ ਪਿੰਡਿਆਂ ਨੂੰ ਵੀ ਮਿਲੇ ਹੈਗੇ ਜਾ ਕੇ ਇੱਥੇ ਰਹਿੰਦੇ ਆ ਆਪਣੇ ਕੀ ਕਹਿੰਦੇ ਆ ਗਾਲੀਆਂ ਦੇ ਅਗਲੇ ਪਾਸੇ ਨਹੀਂ ਨਹੀਂ ਮੈਂ ਪੁੱਛਣ ਡਿਆ ਵੀ ਉਦੋਂ ਕੋਈ ਹੈ ਇਹ ਤੁਸੀਂ ਦੱਸ ਸਕਦੇ ਹੋ ਵੀ ਕੀ ਲਾਲਚ ਸੀ ਲੋਕਾਂ ਨੂੰ ਵੀ ਪੈਸਾ ਪੈਸਾ ਧੇਲਾ ਖੋਲਾਂਗੇ ਇੱਕ ਦੂਜੇ ਜਿਹੜੇ ਇੱਧਰੋਂ ਜਾਣ ਡੇ ਸੀ ਜਾਂ ਉੱਧਰੋਂ ਜਿਹੜੇ ਆਉਣ ਡੇ ਸੀ ਨਹੀਂ ਆ ਸ਼ੋਰਕੋਟ ਗਏ ਸੀਗੇ ਸਾਰੇ ਸ਼ਹਿਰ ਨੂੰ ਅੱਗ ਲੱਗੀ ਹੋਈ ਸੀਗੀ ਉੱਥੇ ਭਾਂਡਾ ਟੇਂਡਾ ਵੀ ਹੈਗਾ ਸੀ ਜੋ ਵੀ ਵਿੱਚ ਹੀ ਸੀਗਾ ਕਈਆਂ ਦਾ ਜਿਹੜਾ ਫਰੋੜ ਫਰੋੜ ਜਿਹਾ ਕਰਦਾ ਸੀ ਕੋਈ ਲੱਭ ਜਾਂਦਾ ਸੀਗਾ ਅਸੀਂ ਤਾਂ ਫਰੋੜਿਆ ਹੀ ਨਹੀਂ ਹੈਗਾ ਅੱਜ ਉੱਥੇ ਬਾਬੇ ਦੀਆਂ ਖਬਰਾਂ ਨਹੀਂ ਹੈਗੀਆਂ ਆਪਣਾ ਬੇੜੀ ਖੜੀ ਆ ਉੱਥੇ ਫਤਿਹ ਫੁਤੇ ਖਾਧੇ ਆ ਨਾਲ ਹੀ ਖੜੀ ਹੁਣ ਤਾਂ ਭਾਈ ਉਹਨਾਂ ਨੇ ਉੱਥੇ ਰੋਜ਼ਾ ਬਣਾਉਂਦਾ ਹੋਇਆ ਬਸ ਜਿੱਥੇ ਗਏ ਹਾਂ ਤੁਰ ਤੁਰ ਕੇ ਹੀ ਗਏ ਹਾਂ ਜੀ ਲਾ ਕਿਸੇ ਸਵਾਰੀ 'ਚ ਨਹੀਂ ਬੈਠੇ ਅਸੀਂ ਜਿੱਥੇ ਵੀ ਗਏ 10 ਮੀਲ ਵਾਟ ਗਏ ਹਾਂ 15 ਗਏ ਹਾਂ ਪੈਦਲ ਹੀ ਕੀਤਾ ਪੈਦਲ ਹੀ ਕੀਤਾ ਉਹ ਖਬਰਾਂ ਕਿਹੜੇ ਕਿਹੜੇ ਆਏ ਸੀਗੇ ਇਹ ਵੀ ਉਹ ਜਿਹੜੇ ਨਾ ਸਾਡੇ ਕੋਲ ਦੇ ਸੀ ਉਹ ਨਹੀਂ ਸਾਡੇ ਕੋਲ ਆਏ ਹੈਗੇ ਇਹ ਜਿਹੜੇ ਦੂਸਰਿਆਂ ਪਿੰਡਾਂ ਦੇ ਉਹਨਾਂ ਨੇ ਵੱਡੇ ਆ ਜੇ ਕਿਤੇ ਰਾਤ ਨੂੰ ਤੁਰ ਪੈਂਦੇ ਨਾ ਉਹ ਪਿੰਡ ਸਾਡਾ ਉੱਠ ਕੇ ਵਿਛਰਿਆ ਪਿੰਡ ਸੀਗਾ ਰਜਪੂਤਾਂ ਦਾ ਪਿੰਡ ਸੀਗਾ ਜੇ ਤੁਰ ਪੈਂਦੇ ਨਾ ਫਿਰ ਅਸੀਂ ਬਿਲਕੁਲ ਸਾਫ਼ ਆ ਜਾਂਦੇ ਉਹ ਲੇਟ ਇੱਧਰ ਆਪਣਾ ਜਦੋਂ ਅਸੀਂ ਪਹੁੰਚੇ ਹਾਂ ਉੱਧਰ ਫੌਜ ਨੂੰ ਪਤਾ ਲੱਗ ਗਿਆ ਫੌਜ ਆ ਗਈ ਉੱਥੇ ਗੋਲੀ ਖੜਕਣ ਲੱਗ ਗਈ ਉੱਥੇ ਬੈਠੇ ਬੈਠੇ ਪਿੱਛੇ ਨੂੰ ਹੋ ਗਿਆ ਰਮਜਾਨ ਹੋਣੀ ਅੱਗੇ ਲੰਘ ਗਏ ਸੀ ਜਿਨ੍ਹਾਂ ਨੇ ਤੁਹਾਨੂੰ 4 ਦਿਨ ਰੱਖਿਆ ਸੀ ਹਾਂ ਹਾਂ ਉਹਨਾਂ ਨੇ ਕੀ ਕੁਛ ਦਿੱਤਾ ਉਹਨਾਂ ਨੇ ਦਾਣੇ ਭੁੰਨ ਕੇ ਦਿੱਤੇ ਸੀਗੇ ਦਾਣੇ ਭੁੰਨ ਕੇ ਦਿੱਤੇ ਜੀ ਛੋਲਿਆਂ ਦੇ ਦਾਣੇ ਅੱਛਾ ਹੋਰ ਹੋਰ ਇੱਕ ਗੁੜ ਦਿੱਤਾ ਸੀ ਵਿੱਚ ਪਾ ਦਿੱਤਾ ਸੀਗਾ ਵੀ ਖਾਂਦੇ ਜਾਇਓ ਹਾਂ ਨਹੀਂ ਹਾਂ ਖਾਂਦੇ ਜਾਓ ਖਾਣੇ ਕਿਹਨਾਂ ਦਾ ਥੋੜ੍ਹੀ ਦੂਰ ਸੀਗਾ ਸੁਮਰੇਰ ਕੋਟੜਾ ਦੇ ਆਏ ਫਿਰ ਅਸੀਂ ਇੱਥੇ ਸਾਰਿਆਂ ਨੇ ਖਾਧੇ ਖੁਦੀ ਅੱਛਾ ਨਾਂ ਨੂੰ ਨਹੀਂ ਉਹਨਾਂ ਦਾ ਨਾਂ ਕੋਈ ਨਾਂ ਦਾ ਪਤਾ ਨਹੀਂ ਹੈ ਨਾ ਨਹੀਂ ਉਹਨਾਂ ਨੂੰ ਸਾਡੇ ਨਾਂ ਦਾ ਨਹੀਂ ਪਤਾ ਹੈਗਾ ਜਿਹਨਾਂ ਨੇ ਸਾਨੂੰ ਲੈ ਕੇ ਗਏ ਸੀਗੇ ਤੁਸੀਂ ਦੋ ਭਰਾ ਸੋ ਆ ਦੋਵੇਂ ਭਰਾ ਸੀਗੇ ਵੱਡੇ ਭਰਾ ਦਾ ਕੀ ਨਾਂ ਸੀ ਠੀਕਾ ਠੀਕਾ ਅਰਵੀਰ ਅਤੇ ਉਹਦੀ ਕਿੰਨੀ ਕੁ ਉਮਰ ਹੋਣੀ ਉਦੋਂ ਉਹ ਮੇਰੇ ਨਾਲ ਸਾਲ ਵੱਡਾ ਸੀਗਾ ਅੱਛਾ 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 ਹੁਣ ਇੱਕ ਗੱਲ ਆ ਚਾਰ ਤਾਂ ਆਪਣੇ ਜੀ ਮਰਵਾਏ ਮਾਂ ਪਿਓ ਮਰਵਾਇਆ ਭੈਣ ਭਰਾ ਮਰਵਾਏ ਅਤੇ ਪਛਾਣ ਕਦੀ ਚੇਤੇ ਆਇਆ ਆਪਣਾ ਪਿੰਡ ਪਿੰਡ ਹਾਂ ਹੁਣ ਚੇਤੇ ਕਰਕੇ ਕੀ ਕਰਨਾ ਪੈਣਾ ਜਦ ਰਿਹਾ ਹੀ ਨਾ ਕੋਈ ਉੱਥੇ ਇੰਨਾ ਕੁਛ ਉੱਥੇ ਕਈ ਵਾਰੀ ਕਿਹਾ ਵੀ ਚੱਲੀਏ ਆਪਣਾ ਹਿੰਦੁਸਤਾਨ ਦੇਖ ਕੇ ਆਈਏ ਮੈਂ ਕਹਿੰਦਾ ਕਿਹੜੀ ਲੋੜ ਆ ਸਾਨੂੰ ਯਾਰ ਅੱਛਾ ਹੁਣ ਐਂਡ ਦੀ ਬਾਕੀ ਤੁਸੀਂ ਹੁਣ ਕੀ ਦੋਵਾਂ ਪਾਸੇ ਦੀ ਆਵਾਮ ਜਿਵੇਂ ਉਦੋਂ ਹਾਲਾਤ ਖਰਾਬ ਹੋਏ ਅਤੇ ਪਹਿਲਾਂ ਜਿਵੇਂ ਤੁਸੀਂ ਦੱਸਿਆ ਵੀ ਵਧੀਆ ਸੀ ਮਾਹੌਲ ਹੁਣ ਕੀ ਸਲਾਹ ਦੇਣਾ ਚਾਹੋਗੇ ਕੀ ਹੋਣਾ ਚਾਹੀਦਾ ਹੁਣ ਆਉਣ ਵਾਲੇ ਟਾਈਮ 'ਚ ਹੁਣ ਆ ਗਏ ਆਉਣ ਵਾਲੇ ਟਾਈਮ 'ਚ ਕੀ ਹੋਣਾ ਚਾਹੀਦਾ ਵਾ ਅੱਲਾ ਜਾਣੇ ਕੀ ਹੋਊ ਹੁਣ ਤਾਂ ਨਾ ਬੜੇ ਪਛਤਾਉਂਦੇ ਪਏ ਸਿੱਖ ਵੀ ਜਾਣੀ ਕਿ ਆਹ ਕੰਮ ਕਰਕੇ ਬਹੁਤ ਪਛਤਾਉਂਦੇ ਪਏ ਹਾਂ ਆਪਣਾ ਕਿਤੇ ਆਹ ਜਿਹਾ ਜਿਉਂਦਾ ਹੁੰਦਾ ਨਾ ਮਰ ਗਿਆ ਬਰਬਾਦ ਹੈ ਇਹਨਾਂ ਨੇ ਇਹਨੇ ਤੁਹਾਡਾ ਬਣਾ ਲੈਣਾ ਤਾਂ ਜਿੱਥੇ ਆਉਂਦੇ ਹੁੰਦੇ ਸੀ ਇੱਥੇ ਗੱਲਾਂ ਬਾਤਾਂ ਕਰਨ ਡੇ ਸਾ ਬਜ਼ੁਰਗਾਂ ਦੇ ਨਾਲ ਅਤੇ ਪੁੱਛੀ ਇਹਨਾਂ ਕੋਲੋਂ ਇਹਨਾਂ ਦੀ ਕਹਾਣੀ ਅਤੇ ਮੈਂ ਦੱਸਦਾ ਜਾਵਾਂ ਇਸ ਤੋਂ ਪਹਿਲਾਂ ਬਲਵਿੰਦਰ ਪੱਖੋਂ ਕੀ ਨੇ ਪ੍ਰੋਗਰਾਮ ਕੀਤਾ ਸੀ ਲਕੀਰਾਂ ਅਤੇ ਉਸ ਫੈਮਿਲੀ ਨੂੰ ਮਿਲੇ ਆ ਜਿਨ੍ਹਾਂ ਦੇ ਕੋਲ ਰਹਿ ਕੇ ਆਏ ਆ ਅਤੇ ਇਹਨਾਂ ਨੂੰ ਉਹਨਾਂ ਦਾਣੇ ਦਿੱਤੇ ਅਤੇ ਕੁਛ ਕੱਪੜੇ ਵਗੈਰਾ ਦਿੱਤੇ ਅਤੇ ਉਹ ਵੀ ਕੋਸ਼ਿਸ਼ ਕਰਾਂਗੇ ਵੀਡੀਓ ਜਿਹੜੀ ਵਾ ਤੁਹਾਡੇ ਤੱਕ ਰੱਖੀਏ ਇਹਦੇ ਨਾਲ ਹੀ ਅਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਵੀਡੀਓਜ਼ ਜਿਹੜੀਆਂ ਵਾ ਤੁਹਾਡੇ ਤੱਕ ਰੱਖਦੇ ਰਹਾਂਗੇ ਇਹ ਬਜ਼ੁਰਗਾਂ ਦੀਆਂ ਕਹਾਣੀਆਂ ਹੱਡ ਬੀਤੀਆਂ ਆਪ ਬੀਤੀਆਂ ਜਿਨ੍ਹਾਂ ਨੇ ਆਪਣੀ ਨਿੱਕੀ ਉਮਰ ਦੇ ਵਿੱਚ ਇੰਨਾ ਕੁਛ ਗਵਾਇਆ ਆਪਣੇ ਮਾਂ ਪਿਓ ਭੈਣ ਭਰਾ ਗਵਾ ਕੇ ਇੱਥੇ ਤੱਕ ਪਹੁੰਚੇ ਇਸ ਤਰ੍ਹਾਂ ਦੀਆਂ ਕਹਾਣੀਆਂ ਪੰਜਾਬੀ ਲਹਿਰ ਦੀ ਟੀਮ ਅਤੇ ਪੰਜਾਬ ਟੀ ਵੀ ਦੀ ਟੀਮ ਲਕੀਰਾਂ ਪ੍ਰੋਗਰਾਮ ਜਿਹੜਾ ਵਾ ਤੁਹਾਡੇ ਤੱਕ ਰੱਖਦੇ ਰਹੀਦਾ ਵਾ ਹੋਪਫੁਲੀ ਇਹ ਵੀਡੀਓਜ਼ ਇਹ ਕਹਾਣੀਆਂ
ਇਹਨਾਂ ਦੀ ਚੈਨ ਜਿਹੜੀ ਆਪਾਂ ਚਲਾਉਂਦੇ ਰਹਾਂਗੇ ਅਗਲੇ ਪ੍ਰੋਗਰਾਮ ਤੱਕ ਲਈ। ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਤੋਂ ਮਿਲਦੇ ਹਾਂ ਫਿਰ, ਰੱਬ ਰੱਖ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਘੁੰਮ ਗਏ ਕਰਾਂ ਦੇ ਬਾਰ ਨਹੀਂ, ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ ਇੱਕ ਵਾਰ ਨਹੀਂ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਕਰਾਂ ਦੇ ਬਾਰ ਨਹੀਂ।